जनाब कोले जो है मेरे ठंडे होने शुरू हो गए हैं, तो मैंने सोचा कि जी दूसरा परागा भी साथ जो है वो लगा लें ताकि कच्चा पक्का हो जाए ना। इस साइड पे जो है सेक बहुत ज़्यादा है। आज होने लगी है बारबेक्यू बच्चों के साथ, फैमिली के साथ, तो जनाब आए आपके साथ ये छोटी सी पार्टी आपके साथ फटाफट से शेयर करते हैं। और अगर किसी मेरे बहन भाई के मुंह में हल्का सा थोड़ा सा भी पानी आया हो तो जनाब कमेंट बार में ज़रूर शेयर कीजिएगा। ये जनाब इसका आगाज़ है, ऐसे खोल दें तो नीचे से हवा जो है लगती है तंदूर की तरह। जाली उसकी टूट गई थी, पहले मैंने आपको दिखाया जाली टूट गई थी, यहाँ से मिल जाती हैं हर चीज़ें बनी बनाई कटी कटाई, तो जनाब जाली ला के मैंने अंदर फिट कर दिया और मेरी ये जो है बारबेक्यू वाली अंगीठी पट्टी जनाब मेरी फिर से नहीं हो गई है अल्हम्दुलिल्लाह जी। और आजकल जनाब हॉलीडे चल रहा है, छुट्टियाँ भी हुई हैं मुझे भी बच्चों को भी, तो जनाब आज एक छोटी सी पार्टी कर रहे हैं बच्चों के साथ। और ये देखे मैंने नीचे से ये जो है ओपन कर दिया इसका, और ऊपर से आग जो है वो तेज़ हो गई है, हवा लगाने की झल मारन की लोड़ ही कोई नहीं जनाब। थलों डब्बी खोलो जिनी थानू अग चाहिए है, कोले पहाओ तो जनाब फिर बंद कर लो। थोड़ा सा इसको मैं जरा खोल दूँ, आग जो है बंद हो रही है। हल्का हल्का मज़ा आ रहा है ना, हल्का हल्का। जनाब कोले जो है मेरे ठंडे होने शुरू हो गए हैं, तो मैंने सोचा कि जी दूसरा परागा भी साथ जो है वो लगा लें ताकि कच्चा पक्का हो जाए ना। इस साइड पे जो है सेक बहुत ज़्यादा है। तो जनाब हमारे पास चिमटा कोई नहीं है, तो देसी बंदे देसी जुगाड़, तो जनाब कांटों के साथ जनाब जो है ये इनके पासे परता रहा हूँ, मैं कांटों के साथ पासे परता रहा हूँ। तुसी पाकिस्तान वाले हो मौजा चो, 14 अगस्त आए तुसी इंजॉय कर दे हो, वड्डी ईद आए तुसी इंजॉय कर दे हो, छोटी ईद आए तुसी इंजॉय कर दे हो, साडे परदेसा दा ना ही परदेस है, बस असी ना दे ही बाहर हाँ, सारे इवेंट ते सारियां खुशियां ते तुसी इंजॉय कर दे हो। ऐ भुख लगी है जनाब की खाना, चलो जी भलियां दा प्लेट मंगा लो, भुख लगी की खाना जनाब टिक्के मंगा लो, इत्थे भाई
ਮਿਲਦੇ ਆ, ਹਰ ਸ਼ੈ ਮਿਲਦੀ ਆ, ਪਰ ਵੱਡੇ ਸ਼ਹਿਰਾਂ 'ਚ ਮਿਲਦੀ ਆ, ਅਸੀਂ ਜਿਹੜੇ ਸ਼ਹਿਰ 'ਚ ਰਹਿੰਦੇ ਇੱਥੋਂ ਕੱਖ ਨਹੀਂ ਮਿਲਦਾ। ਡੋਨਰ ਤੁਰਕੀ ਵਗੈਰਾ ਮਿਲਦੇ ਆ ਅਤੇ ਉਹ ਬੰਦਾ ਕਿੰਨਾ ਕੁ ਖਾਏ, ਡੋਨਰ ਪੀਜ਼ਾ ਖਾ ਖਾ ਕੇ ਪੇਟ ਵੀ ਜਿਹੜਾ ਡੋਨਰ ਪੀਜ਼ੇ ਵਰਗਾ ਹੋ ਗਏ ਆ। ਪਾਕਿਸਤਾਨ ਦੀਆਂ ਤਾਂ ਕਿਆ ਹੀ ਬਾਤਾਂ ਨੇ ਨਾ। ਇਨਸ਼ਾਅੱਲਾ ਇਨਸ਼ਾਅੱਲਾ ਆ ਰਹੇ ਹਨ ਕਰੀਬ ਦੇਸੀ ਨੁਮਾਨ, ਫਿਰ ਤੁਸਾਂ ਮੇਰੀਆਂ ਦਾਵਤਾਂ ਕਰਨੀਆਂ ਨੇ। ਦੇਸੀ ਨੁਮਾਨ ਆ ਰਿਹਾ, ਫਿਰ ਤੁਸਾਂ ਮੇਰੀਆਂ ਦਾਵਤਾਂ ਕਰਨੀਆਂ ਨੇ। ਜਿੰਨੇ ਮੇਰੇ ਸਬਸਕ੍ਰਾਈਬਰ ਹੋ ਪਾਕਿਸਤਾਨ ਵਿੱਚ, ਮਜ਼ਾਕ ਕਰ ਰਹਾ ਹੂੰ, ਮਜ਼ਾਕ ਕਰ ਰਹਾ ਹੂੰ। ਆਹਾ ਮਸਾਲਾ ਮਸਾਲਾ ਤੁੰਨ ਕੇ ਅਤੇ ਮਿਰਚ ਰੋਕ ਕੇ ਬਹਿ ਗਿਆ ਕਰਤੀ ਹੈ। ਮੁਹੱਬਤ ਔਰ ਚਾਹਤ ਕਾ ਬਹੁਤ ਬਹੁਤ ਸ਼ੁਕਰੀਆ ਜਨਾਬ। ਅਲਹਮਦੁਲਿਲਾ ਅਲਹਮਦੁਲਿਲਾ, ਆਪਕੇ ਭਾਈ ਕੇ 500 ਸਬਸਕ੍ਰਾਈਬਰ ਜੋ ਹੈ ਅਲਹਮਦੁਲਿਲਾ ਹੋ ਗਏ ਹੈ। ਤੋ ਪਲੀਜ਼ ਵੀਡੀਓਜ਼ ਜੋ ਹੈ ਦੋਸਤੋ ਮੇਂ ਭਾਈਓ ਮੇਂ ਸ਼ੇਅਰ ਕਰੇਂ, ਔਰ ਭਾਈ ਕੇ ਹੋਰ 500 ਸਬਸਕ੍ਰਾਈਬਰ ਹੋ ਜਾਏ ਤੋ ਭਾਈ ਕਾ ਚੈਨਲ ਜੋ ਹੈ ਇਨਸ਼ਾਅੱਲਾ ਇਨਸ਼ਾਅੱਲਾ ਆਪਕੀ ਸਪੋਰਟ ਸੇ ਜਲਦ ਜੋ ਹੈ ਕੀ ਆਉਂਦੇ ਨੇ ਉਹਨੂੰ ਮੋਨੀਟਾਈਜ਼ ਹੋ ਜਾਏਗਾ ਇਨਸ਼ਾਅੱਲਾ ਇਨਸ਼ਾਅੱਲਾ। ਸਹੀ ਅੰਦਰ ਸੇ ਖੂਨ ਜੋ ਹੈ ਵੋ ਨਿਕਲ ਰਿਹਾ, ਸਹੀ ਅੰਦਰ ਸੇ ਖੂਨ ਜੋ ਹੈ ਪੱਕ ਰਹੀ ਹੈ ਅਲਹਮਦੁਲਿਲਾ। ਮੱਠੇ ਸੇਕ 'ਤੇ ਪਕਾ ਰਹੇ ਹਾਂ, ਮੱਠੇ ਮੱਠੇ ਸੇਕ 'ਤੇ, ਮੱਠੇ ਮੱਠੇ ਸੇਕ 'ਤੇ, ਤਾਂ ਕਿ ਬੋਟੀ ਜਿਹੜੀ ਹੈ ਸਹੀ ਪੱਕੇ ਅਤੇ ਮਜ਼ਾ ਆਵੇ ਮੱਠਾ ਮੱਠਾ ਸੇਕ। ਜਨਾਬ ਚਿਮਟਾ ਜੋ ਹੈ ਹਮਨੇ ਮੰਗਾ ਲਿਆ, ਬਾਰਬੀਕਿਊ ਖਤਮ ਹੋ ਗਈ ਹੈ, ਚਿਮਟਾ ਵੀ ਹਮਾਰਾ ਆ ਗਿਆ, ਔਰ ਆਪ ਜਬ ਜਨਾਬ ਬਾਰਬੀਕਿਊ ਕਰੇ ਤੋ ਐਂਡ ਪੇ ਜਨਾਬ ਕੋਲੋਂ ਕੇ ਉੱਪਰ ਜਨਾਬ ਕਾਹਵਾ ਪੀਆ ਕਰੇ। ਆਹਾ ਹਾ ਹਾ ਬੜਾ ਹੀ ਮਜ਼ਾ ਆਤਾ ਹੈ। ਤੋ ਜਨਾਬ ਸਾਥ ਮੈਨੇ ਕਾਹਵਾ ਰੱਖ ਦੀ ਹੈ, ਤੋ ਅਬ ਬਾਰਬੀਕਿਊ ਖਾਣੇ ਕੇ ਬਾਅਦ ਜਨਾਬ ਐਂਡ ਪੇ ਕਾਹਵਾ ਪੀਏਂਗੇ। ਆਹਾ ਹਰ ਚੀਜ਼ ਹਜ਼ਮ, ਇਹ ਜਨਾਬ ਦੇਖੇ ਕਾਹਵਾ ਜੋ ਹੈ ਅਲਹਮਦੁਲਿਲਾ ਅਲਹਮਦੁਲਿਲਾ ਮੇਰਾ ਬਣਨਾ ਸ਼ੁਰੂ ਹੋ ਗਿਆ। ਹਲਕੀ ਹਲਕੀ ਆਗ ਪੇ, ਹਲਕੇ ਹਲਕੇ ਸੇਕ ਪੇ ਜਿਹੜਾ ਕਾਹਵਾ ਬਣੇਗਾ ਇਨਸ਼ਾਅੱਲਾ। ਬਾਰਬੀਕਿਊ ਮੇਰੀ ਤਿਆਰ ਹੋ ਗਈ ਹੈ, ਚਲੋ ਜੀ ਬਸ ਜੀ। ਤੋ ਜਨਾਬ ਬਾਰਬੀਕਿਊ ਅਲਹਮਦੁਲਿਲਾ ਤਿਆਰ ਹੋ ਗਈ ਹੈ, ਇਸਕੇ ਅੰਦਰ ਜਨਾਬ ਡੋਲ ਲਈ ਹੈ, ਚਟਨੀ ਸਲਾਦ ਮਿਠਾਈ ਜਨਾਬ ਰੋਟੀਆਂ ਤਾਜ਼ੀ ਬੋਤਲ। ਹਾ ਜੀ ਥੀ ਆਜ ਕੀ ਬਾਹਰ ਕੀ ਆਊਟ ਆਫ ਡੋਰ, ਆਊਟ ਆਫ ਡੋਰ ਜਾਂ ਆਊਟ ਆਫ ਹਾਊਸ ਜਨਾਬ ਇਹ ਇੱਕ ਛੋਟੀ ਸੀ ਪਾਰਟੀ। ਤੋ ਜਨਾਬ ਅਲਹਮਦੁਲਿਲਾ ਅਲਹਮਦੁਲਿਲਾ ਬਲੈਕ ਟੀ ਜੋ ਹੈ ਮੇਰੀ ਕੋਲਿਆਂ ਦੇ ਉੱਤੇ ਪੱਕ ਗਈ ਜੇ। ਤੋ ਜੀ ਇਹ ਜੀ ਥੀ ਆਜ ਬੱਚੋਂ ਕੇ ਸਾਥ ਇੱਕ ਛੋਟੀ ਸੀ ਪਾਰਟੀ ਬਾਹਰ ਗਰਾਜ ਮੇਂ ਅਲਹਮਦੁਲਿਲਾ ਅਲਹਮਦੁਲਿਲਾ ਬਹੁਤ ਹੀ ਮਜ਼ਾ ਆਇਆ, ਔਰ ਜਨਾਬ ਬੜਾ ਹੀ ਪਿਆਰਾ ਮੌਸਮ ਥਾ। ਮਿਲਤਾ ਹੂੰ ਅਗਲੀ ਵੀਡੀਓ ਮੇਂ, ਅੱਲਾ ਹਾਫਿਜ਼।